ਹਾਂਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਐਜੂਕੇਸ਼ਨ ਅਕੈਡਮੀ 'ਤੇ। ਰਾਜੇ, ਆਪਾਂ ਅੱਜ ਪੰਜਾਬੀ ਯੂਨੀਵਰਸਿਟੀ ਵੱਲੋਂ ਇੱਕ ਬਹੁਤ ਹੀ ਮਤਲਬ ਸ਼ਲਾਘਾਯੋਗ ਜਿਹੜਾ ਕਦਮ ਚੁੱਕਿਆ ਗਿਆ ਹੈਗਾ, ਉਪਰਾਲਾ ਕੀਤਾ ਗਿਆ, ਉਸ ਦੇ ਰਿਗਾਰਡਿੰਗ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ। ਖਾਸ ਕਰਕੇ ਜਿਹੜੇ ਵੀ ਬੱਚਿਆਂ ਦੀ ਰੀਪੀਅਰ ਹੈ ਜਾਂ ਫਿਰ ਇੰਪਰੂਵਮੈਂਟ ਕਰਕੇ ਜਾਂ ਫਿਰ ਉਹਨਾਂ ਦਾ ਕੋਈ ਡਰੱਗ ਅਬਿਊਸ ਦਾ ਜਿਹੜੇ ਕੁਆਲੀਫਾਈਂਗ ਪੇਪਰ ਹੁੰਦੇ ਆ ਉਹ ਕਲੀਅਰ ਹੋਣ ਨਾ ਕਰਕੇ ਡਿਗਰੀ ਨਹੀਂ ਮਿਲੀ, ਉਹਨਾਂ ਬੱਚਿਆਂ ਲਈ ਇੱਕ ਸਪੈਸ਼ਲ ਔਫਰ ਹੈ ਜਿਹੜਾ ਯੂਨੀਵਰਸਿਟੀ ਨੇ ਦਿੱਤਾ, ਉਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਦੀ ਹਾਂ, ਜੇਕਰ ਤੁਸੀਂ ਸਾਡੇ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਕਿ ਅਸੀਂ ਜਦੋਂ ਵੀ ਕੋਈ ਇੱਦਾਂ ਦੀ ਸਾਡੇ ਕੋਲ ਲੇਟੈਸਟ ਅਪਡੇਟ ਆਉਂਦੀ ਹੈ ਕਿਸੇ ਵੀ ਫੀਲਡ ਦੇ ਰਿਗਾਰਡਿੰਗ, ਅਸੀਂ ਤੁਹਾਡੇ ਨਾਲ ਸ਼ੇਅਰ ਕਰੀਏ ਅਤੇ ਤੁਹਾਡੇ ਕੋਲ ਨੋਟੀਫਿਕੇਸ਼ਨ ਹੈ ਜਿਹੜਾ ਉਹ ਟਾਈਮ 'ਤੇ ਪਹੁੰਚ ਸਕੇ। ਹਾਂਜੀ, ਹੁਣ ਆਪਾਂ ਰੀਡ ਕਰ ਦਿਆਂਗੇ ਅੱਜ ਦੀ ਜਿਹੜੀ ਨਿਊਜ਼ ਦੀ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਸੀ, ਉਹਨੂੰ ਡਿਟੇਲ 'ਚ ਡਿਸਕਸ ਕਰ ਦਿਆਂਗੇ। ਇਹ ਰਾਜੇ ਪੰਜਾਬੀ ਟ੍ਰਿਬਿਊਨ ਨਿਊਜ਼ ਪੇਪਰ ਦੀ ਕਟਿੰਗ ਹੈ ਜਿਹਦੇ ਵਿੱਚ ਇਹ ਮਤਲਬ ਨੋਟੀਫਿਕੇਸ਼ਨ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਹੈਗਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੋ ਵਿਦਿਆਰਥੀ ਆਪਣੀ ਡਿਗਰੀ ਰੀਪੀਅਰ ਫੇਲ ਹੋਣ ਕਰਕੇ ਪੂਰੀ ਨਹੀਂ ਕਰ ਸਕੇ, ਜਾਂ ਤਾਂ ਉਹ ਕਿਸੇ ਪੇਪਰ 'ਚੋਂ ਫੇਲ ਹੋ ਗਏ ਮਤਲਬ ਰੀਪੀਅਰ ਆ ਗਈ ਉਹਨਾਂ ਦੀ, ਜਾਂ ਇੰਪਰੂਵ ਨਹੀਂ ਕਰ ਸਕੇ ਜੋ ਵਿਦਿਆਰਥੀ ਆਪਣੀ ਡਿਗਰੀ ਡਰੱਗ ਅਬਿਊਜ਼ ਜਾਂ EVS ਦਾ ਕੁਆਲੀਫਾਈਂਗ ਪੇਪਰ ਕਲੀਅਰ ਨਾ ਹੋਣ ਕਰਕੇ, ਕਿਉਂਕਿ ਤੁਹਾਨੂੰ ਵੀ ਪਤਾ ਜਿਹੜੇ ਕੁਆਲੀਫਾਈਂਗ ਪੇਪਰ ਹੁੰਦੇ ਆ EVS ਹੋ ਗਿਆ ਚਾਹੇ ਡਰੱਗ ਅਬਿਊਜ਼ ਹੋ ਗਿਆ, ਜਿੰਨਾ ਟਾਈਮ ਤੁਸੀਂ ਉਹ ਕਲੀਅਰ ਨਹੀਂ ਕਰਦੇ ਤੁਹਾਨੂੰ ਡਿਗਰੀ ਨਹੀਂ ਮਿਲੂਗੀ, ਤਾਂ ਉਹਨਾਂ ਬੱਚਿਆਂ ਨੂੰ ਇੱਕ ਖਾਸ ਵਿਸ਼ੇਸ਼ ਅਤੇ ਗੋਲਡਨ ਚਾਂਸ ਦਿੱਤਾ ਜਾ ਰਿਹਾ ਹੈਗਾ, 2 ਮਈ 2024 ਦੀਆਂ ਪ੍ਰੀਖਿਆਵਾਂ ਦੌਰਾਨ ਦਿੱਤਾ ਜਾ ਰਿਹਾ। ਉਸ ਦੇ ਜਿਹੜੀਆਂ ਉਦੋਂ ਪ੍ਰੀਖਿਆਵਾਂ ਹੋਣਗੀਆਂ ਉਹਦੇ ਵਿੱਚੋਂ ਬੱਚੇ ਅਪੀਅਰ ਹੋ ਸਕਦੇ ਨੇ ਅਤੇ ਆਪਣਾ ਪੇਪਰ ਦੇ ਸਕਦੇ ਨੇ ਅਤੇ ਕਲੀਅਰ ਕਰਕੇ ਉਹ ਆਪਣੀ ਡਿਗਰੀ ਹੈ ਜਿਹੜੀ ਉਹ ਹਾਸਲ ਕਰ ਸਕਦੇ ਨੇ ਗੇ। ਵਧੇਰੇ ਜਾਣਕਾਰੀ ਲਈ ਪ੍ਰੀਖਿਆ ਸਾਖਿਆ ਦੀ ਵੈਬਸਾਈਟ PUPExamination.ac.in ਤੇ ਸੰਪਰਕ ਕਰੋ ਅਤੇ ਤੁਸੀਂ ਇਹ ਵੈਬਸਾਈਟ 'ਤੇ ਜਾ ਕੇ ਉੱਥੇ ਪੂਰੀ ਡਿਟੇਲ ਹੈ ਜਿਹੜੀ ਉਹ ਚੈੱਕ ਕਰ ਸਕਦੇ ਹੋਗੇ। ਫਿਰ ਵੀ ਜੇਕਰ ਤੁਹਾਨੂੰ ਕੋਈ ਡਾਊਟ ਹੋਇਆ, ਤੁਹਾਨੂੰ ਉੱਥੇ ਕੋਈ ਨਈਂ ਇਨਫੋਰਮੇਸ਼ਨ ਮਿਲੀ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋਗੇ, ਆਪਾਂ ਇੱਧਰੋਂ ਦੁਬਾਰਾ ਉਸ ਚੀਜ਼ 'ਤੇ ਵੀ ਵੀਡੀਓ ਅਪਲੋਡ ਕਰ ਦਾਂਗੇ। ਹੋਰ ਕਿਸੇ ਕੋਰਸ ਦੇ ਰਿਗਾਰਡਿੰਗ ਰਾਜੇ, BEd ਦੀ ਤੁਹਾਨੂੰ ਵੀ ਪਤਾ ਹੁਣ ਜਿਹੜੇ ਐਂਟਰੈਂਸ ਇਗਜ਼ਾਮ ਹੈ ਸਟਾਰਟ ਹੋ ਚੁੱਕੇ ਨੇਗੇ, ਉਸ ਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਚਾਹੀਦੀ ਹੋਈ ਕਿਸੇ ਵੀ ਫੀਲਡ ਦੇ ਵਿੱਚ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋਗੇ। ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਧੰਨਵਾਦ।